ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਫੇਸਬੁੱਕ ਫਰੈਂਡਾਂ ਨੂੰ। ਇੱਕ ਬੜੀ ਦੁਖਦਾਈ ਘਟਨਾ ਲੁਧਿਆਣੇ ਸ਼ਹਿਰ ਦੀ ਕਿ ਅੱਜ ਅਸੀਂ ਖੜ੍ਹੇ ਹਾਂ ਜਿਹੜਾ ਸਾਡੇ ਟਿੱਬਾ ਰੋਡ ਦੇ ਡਾਬਾ ਰੋਡ ਦੇ ਉੱਤੇ ਨਿਰਮਲ ਪੈਲਸ ਹੈ ਉਸ ਫੈਮਿਲੀ ਦੇ ਵਿੱਚ। 4 ਦਿਨ ਪਹਿਲਾਂ ਇੱਕ ਉਹਨਾਂ ਦੇ ਵੱਡੇ ਬੇਟੇ ਦੀ ਡੈੱਥ ਹੋਈ, 2 ਦਿਨ ਪਹਿਲਾਂ ਇਹਨਾਂ ਦੇ ਛੋਟੇ ਬੇਟੇ ਦੀ ਡੈੱਥ ਹੋਈ ਅਤੇ ਅੱਜ ਖੁਦ ਸਰਦਾਰ ਨਿਰਮਲ ਸਿੰਘ ਜੀ ਹੈ ਜਿਹੜੇ ਇਹਨਾਂ ਦੀ ਡੈੱਥ ਹੋ ਗਈ ਹੈ ਅਤੇ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਜਿਹੜਾ ਮਾਹੌਲ ਆ ਉਹ ਬਣਿਆ ਪਿਆ ਵਾ ਅਤੇ ਇਹ ਬੋਡੀ ਉਹਨਾਂ ਦੀ ਪਈ ਹੈ। ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਅਤੇ ਸਾਡੀ ਟੀਮ ਟ੍ਰੈਫਿਕ ਮਾਰਸ਼ਲ ਦੀ ਇਸ ਦੇਹ ਨੂੰ ਆਪ ਲੈਣ ਆਈ ਹੈ। ਇੱਥੋਂ ਦੀ ਪਰਿਵਾਰ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ, ਜਿਸ ਪਰਿਵਾਰ ਦੇ ਵਿੱਚ 3 ਬੰਦੇ ਚੱਲ ਜਾਣ ਡਰਨਾ ਵੀ ਇਹਨਾਂ ਦਾ ਬਿਲਕੁਲ ਜਾਇਜ਼ ਹੈ। ਨਿਰਮਲ ਪੈਲਸ ਲੁਧਿਆਣਾ ਦੇ ਜਿਹੜੇ ਉਹ ਹੈ ਅਤੇ ਤੁਸੀਂ ਦੇਖ ਸਕਦੇ ਹੋ ਸਾਡੇ ਪ੍ਰਿੰਸ ਕਪੂਰ ਜੀ, ਸੈਣੀ ਜੀ, ਗੋਪਾਲ ਜੀ, ਗੋਪੀ ਜੀ। ਆਹ ਸੈਨੀਟਾਈਜ਼ਰ ਮਾਰੋ ਅੰਦਰ ਔਰ ਲਿਖੋ ਆਪ। ਸਾਡੀ ਟੀਮ ਇੱਥੇ ਪਹੁੰਚੀ ਹੈ ਲੁਧਿਆਣਾ ਸ਼ਹਿਰ ਦੀ। ਉਹ ਸ਼ਖਸੀਅਤ ਹੈ ਨਿਰਮਲ ਡਾਬਾ ਰੋਡ ਦੇ ਉੱਤੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਵਿੱਚ 6 ਦਿਨਾਂ ਦੇ ਵਿੱਚ 3 ਡੈੱਥਾਂ ਹੋ ਗਈਆਂ ਨੇ। ਇੱਕ ਪਹਿਲਾਂ ਵੱਡੇ ਬੇਟੇ ਦੀ, ਫਿਰ ਛੋਟੇ ਬੇਟੇ ਦੀ, ਫਿਰ ਅੱਜ ਖੁਦ ਸਰਦਾਰ ਨਿਰਮਲ ਸਿੰਘ ਜੀ ਦੀ ਆ ਜਿਹੜੀ ਦੇਹ ਪਈ ਹੈ। ਸਾਡੀ ਟੀਮ ਜਿਹਨੂੰ ਸੈਨੀਟਾਈਜ਼ਰ ਕਰ ਰਹੀ ਹੈ। ਥੋੜ੍ਹਾ ਉੱਪਰ ਕਰਕੇ ਕਰੋ ਨਾ, ਟੱਚ ਨਾ ਕਰੋ ਬੋਟਲ ਆਪਾਂ ਕੰਮ ਕਰਨ। ਸਾਡੀ ਜਿਹੜੀ ਟੀਮ ਹੈ ਜਿਹੜੀ ਇਹ ਵਰਕ ਜਿਹੜੀ ਕਰਦੀ ਹੈ, ਸੇਵਾ ਕਰਦੀ ਹੈ, ਇਸ ਪਰਿਵਾਰ ਦੇ ਵਿੱਚ ਬਹੁਤ ਵੱਡਾ ਡਰ ਦਾ ਜਿਹੜਾ ਮਾਹੌਲ ਆ ਜਿਹੜਾ ਬਣਿਆ ਹੋਇਆ ਅਤੇ ਤੁਸੀਂ ਦੇਖ ਸਕਦੇ ਹੋ ਨਿਰਮਲ ਪੈਲਸ ਹੈ ਜੀ ਇਹ ਲੁਧਿਆਣਾ ਤੋਂ ਨਿਰਮਲ ਪੈਲਸ ਅਤੇ ਉਹਨਾਂ ਦੀ ਰੈਜੀਡੈਂਸ ਹੈ, ਉਹਨਾਂ ਦਾ ਘਰ ਹੈ ਨਾਲ ਹੀ ਪੂਰਾ। ਬਹੁਤ ਵੱਡਾ ਪਰਿਵਾਰ ਇਸ ਕੋਠੀ ਦੇ ਵਿੱਚ ਰਹਿੰਦਾ ਸੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਟੀਮ ਜਿਹੜੀ ਬੜੀ ਦੁਖਦਾਈ ਦੀ ਜਿਹੜੀ ਘਟਨਾ ਜਿਹੜੀ ਨਿਰਮਲ ਪੈਲਸ ਲੁਧਿਆਣਾ ਵਾਲਿਆਂ ਦੇ ਅੱਜ ਸਰਦਾਰ ਨਿਰਮਲ ਸਿੰਘ ਜੀ ਦੀ। ਅੰਮ੍ਰਿਤ ਆ ਫੜ ਪੁੱਤਰ, ਭਾਜੀ ਲਓ, ਤੁਸੀਂ ਲਓ। ਗੋਪਾਲ ਸਿੰਘ ਜੀ, ਪ੍ਰਿੰਸ ਕਪੂਰ ਜੀ, ਮਨਦੀਪ ਕਿਸ਼ਨ, ਮੈਂ ਖੁਦ ਤੁਹਾਡਾ ਭਰਾ ਪ੍ਰਿੰਸ ਜੀ, ਸ੍ਰੀ ਗੁਰਪ੍ਰੀਤ ਸੈਣੀ ਜੀ। ਆ ਸੈਣੀ ਸਾਹਿਬ ਆ ਦੇਖੋ, ਪੂਰੇ ਪ੍ਰਿਕੋਸ਼ਨ ਰੱਖ ਕੇ ਚਲੋ ਜੀ। ਉਹ ਕਹਿੰਦੇ ਆ ਬਿਸਤਰ ਵੀ ਲੈ ਲਓ, ਆਈ ਵਾਲਾ ਜਿਹੜੀ ਚਾਦਰ ਹੈ। ਘਰ ਵਾਲੇ ਬੰਦੇ ਬਿਸਤਰਾ ਵੀ ਨਾਲ ਲਿਜਾਣ ਨੂੰ ਕਹਿ ਰਹੇ ਜੀ, ਕੁਛ ਵੀ ਛੋਟੇ ਜੋ ਸਮਾਨ ਆਲੇ ਦੁਆਲੇ ਹੈਗਾ ਸਾਰਾ ਕੁਛ ਲੈ ਜਾਓ। ਚਲੋ ਜੀ, ਚੱਕੋ ਗੋਪੀ, ਵਾਹਿਗੁਰੂ, 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 ਵ
दाना मंडी नियर अरोड़ा पैलेस परमिशन ग्राउंड जावांगे जिथे कि अंतिम रस्मां होणगीआं। बड़ा दुख दा फील है जी। समान चक लो, पीड़ी रखो जी, कड़ा पीड़ी जाओ चक के मुड़ो। बैठ ते बादर, बैठ ते देखी कपड़े जड़े पाए जिथे पाए सी किथे ओ सारा चका दे। बैठ ते जद रख उतरा पया लाल ही पाए सी किथे ओ सारा चका दे। ये सारी सामग्री आ रही है जी अंदरों, अंदर जेते बैठ ते पाए सी समान सारा चक दे। परिवार दुख का भाणा वरत्या। चार दिन पहला एक वड्डे बेटे की डेथ हुई, दो दिन पहला उन्होंने छोटे बेटे डेथ हुई। अज खुद सरदार निर्मल सिंह जी अपने देश छड्ड गए ने। ਹੋ ਗਈਆਂ ਨੇ ਤੇ ਇਹ ਉਹਨਾਂ ਦਾ ਘਰ ਆ ਜਿੱਥੇ ਖੜਿਆ। ਸਾਡੀ ਟ੍ਰੈਫਿਕ ਮਾਰਸ਼ਲ ਦੀ ਜਿਹੜੀ ਟੀਮ ਹੈ ਇੱਥੇ ਪਹੁੰਚੀ ਹੈ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ। ਇਹਨਾਂ ਦਾ ਜਿੰਨੀ ਸਾਡੇ ਕੋਲ ਹੈਲਪ ਹੋਏਗੀ ਅਸੀਂ ਜ਼ਰੂਰ ਕਰਾਂਗੇ। ਅਤੇ ਇਹ ਸਾਡੇ ਪ੍ਰਧਾਨ ਜੀ ਨੇ ਜਿਹੜੇ ਸ਼ਮਸ਼ਾਨ ਘਾਟ ਜਿਹੜਾ ਅਰੋੜਾ ਪੈਲਸ ਉਹਨਾਂ ਦੇ ਇਹਨਾਂ ਦੇ ਰੈਲੇਟਿਵ ਵੀ ਨੇ, ਦੱਸਣਗੇ ਨਾਮ ਕੀ ਹੈ ਦੱਸੋ। ਸਰਦਾਰ ਸਭ ਤੋਂ ਪਹਿਲਾਂ ਸਰਦਾਰ ਨਰਿੰਦਰ ਸਿੰਘ ਜੀ ਦੀ ਡੈਥ ਹੋਈ ਆ। ਉਹਨਾਂ ਦਾ ਸਦਮਾ ਨਾ ਬਰਦਾਸ਼ਤ ਕਰਦੇ ਹੋਏ ਸਰਦਾਰ ਕਿਰਪਾਲ ਜੀ ਨੂੰ ਅਟੈਕ ਹੋ ਗਿਆ। ਉਸ 'ਤੇ ਦੋ ਦਿਨ ਬਾਅਦ ਇਹਨਾਂ ਦੋਨਾਂ ਪੁੱਤਰਾਂ ਦੀ ਡੈਥ ਨੂੰ ਦੇ ਸਦਮੇ ਨੂੰ ਨਾ ਬਰਦਾਸ਼ਤ ਕਰਦੇ ਹੋਏ ਇਹਨਾਂ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ ਨੂੰ ਅਟੈਕ ਹੋ ਗਿਆ, ਜਿਨ੍ਹਾਂ ਨੂੰ ਹੁਣ ਅਸੀਂ ਸ਼ਮਸ਼ਾਨ ਘਾਟ ਦੀ ਤਿਆਰੀ ਵਾਸਤੇ ਲੈ ਕੇ ਜਾ ਰਹੇ ਹਾਂ। ਇਹ ਐਡੇ ਵੱਡੇ ਸਦਮੇ ਨੂੰ ਨਾ ਬਰਦਾਸ਼ਤ ਕਰਦੇ ਹੋਏ ਆਪਣੇ ਆਪ ਨੂੰ ਪਰਲੋਕ ਸਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।